बिस्मिल्लाहिर्रहमानिर्रहीम, अस्सलाम वालेकुम प्यारे दोस्तों, मेरा नाम है आतिफ शहजाद, आप देख रहे हो जानी बेस्ट चैनल। दोस्तों जी 28 जून 2024 दिन जुमातुल मुबारक का रेगुलर लास्ट वीडियो हमेशा की तरह थोड़े सामने लैके आई थी है जी बट्टी डेयरी फार्म की। बट्टी डेयरी फार्म उत्ते जानवरों का म्यार क्लास क्वालिटी ए प्लस है। अज थोड़े वास्ते फिर तो बड़ी खूबसूरत लाटा के नाल हाजिर होए हैं। तो लाटा हमेशा की तरह मिल्किंग प्लस प्रैगनेंट, फर्स्ट टाइमर, सैकंड टाइमर, ड्राई प्रैगनेंट, हर तरह का जानवर 24 घंटे बट्टी डेयरी से मौजूद होंगे। मेरे नाल इत्थे दे एडमिन मौजूद ने हकनवाज बलोच साहब, पूरी डिटेल इन्हां कोल लैंदे आ। अस्सलाम वालेकुम बलोच साहब, सेहत तबीयत कैसी? अल्लाह पाक दा शुक्र। बट्टी डेयरी दा म्यार क्वालिटी दे बड़ा वैसे भी दस्ते ने, माशाल्लाह ਮਾਲ ਵੀ ਸੁਥਰਾ ਹੁੰਦਾ। ਪਿਛਲੀਆਂ ਚੰਦ ਵੀਡੀਓਸ ਤੇ ਮੈਂ ਵੇਖ ਰਿਹਾ ਕਿ ਤੁਸੀਂ ਬੜਾ ਫੋਕਸ ਕੀਤਾ ਹੈ। ਜੀ ਜੀ, ਅੱਜ ਵੀ ਫੋਕਸ ਕਰ ਅੱਜ ਵੀ ਕੀਤਾ ਹੈ, ਅੱਛੀ ਚੀਜ਼ ਲਿਆਂਦੀ ਹੈ। ਮੈਂ ਆਹਦਾ ਥੋੜ੍ਹਾ ਕਰੋ ਤਾਂ ਸੁਥਰਾ ਕਰ, ਮਾਸ਼ਾਅੱਲਾ। ਇਹ ਗੱਲ ਇਹ ਮੰਨ ਗੱਲ ਕਰੋ, ਥੋੜ੍ਹਾ ਗੱਲ ਸਵੇਰੇ ਆ, ਹਾਂ ਗੱਲ ਕਰੋ ਪੂਰੀ ਕਰੋ, ਮਾਸ਼ਾਅੱਲਾ। ਅੱਜ ਬੱਟੀ ਡੇਅਰੀ ਤੇ ਕਿੰਨੇ ਜਾਨਵਰ ਨੇ? ਆਈ ਖੈਰ ਨਾਲ 70 ਜਾਨਵਰ। 70 ਜਾਨਵਰ ਇੱਕ ਕਾਮਨ ਜਿਹਾ ਕੁਐਸਚਨ ਹੈ, ਸਵਾਲ ਹੈ, ਲੋਕ ਕਰਦੇ ਨੇ ਗਰਮੀ ਦਾ ਮੌਸਮ ਹੈ ਜੀ। ਇਹ ਤਾਂ ਤੁਹਾਡੇ ਕੋਲ ਮਿਲਕਿੰਗ ਕਪੈਸਿਟੀ 25 ਲੀਟਰ ਹੈ, ਉਹਨਾਂ ਕੋਲ ਜਾ ਕੇ 20 ਲੀਟਰ 18 ਲੀਟਰ ਹੋ ਜਾਂਦੀ ਹੈ, ਇਹਦੇ 4-5 ਲੀਟਰ ਦਾ ਫਰਕ ਪੈਂਦਾ ਹੈ। ਬਰਾਤ ਸਵਾਲ ਵੀ ਕਰਦਾ, ਇਹ ਕੀ ਹੈ, ਕਿੰਨੀ ਗੱਲ, ਇਹ ਪਿਆ ਦਿਲ ਕੀਤਾ ਮੈਂ ਤੁਹਾਡੇ ਕੋਲ ਜ਼ਰੂਰ ਆ ਕੇ ਪੁੱਛੋ। ਸਭ ਬਾਈ ਜੀ 5-10 ਸਵਾਲ ਪੁੱਛੋ, ਪਰ ਹੱਕ ਖਾਸ ਹੈ, ਮਾਸ਼ਾਅੱਲਾ। ਵੀਰਾਵਾਂ ਨੂੰ ਵੀ ਹੱਕ ਖਾਸ ਹੈ, ਜਿਹੜੀ ਗੱਲ ਦੀ ਸਮਝ ਨਾ ਆਵੇ ਪੁੱਛਣਾ ਚਾਹੀਦਾ ਹੈ। ਕਿਉਂ ਨਹੀਂ, ਕਿਉਂ ਨਹੀਂ, ਕਿਉਂਕਿ ਵੀਰਾਵਾਂ ਸਾਡਾ ਹੀ ਬੜਾ ਫਿਰ ਸਾਰੇ ਪੈਸੇ ਬਣਨ ਜਾਨਵਰਾਂ ਦੇ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਕੋਈ ਸ਼ੱਕ। ਉਹ ਤਾਂ ਰੀਜ਼ਨ ਹੈ ਵੀ ਗਰਮੀ ਦਾ ਸੀਜ਼ਨ ਸਟਾਰਟ ਹੈ, ਅਗਰ ਜਾਨਵਰ ਨੂੰ ਸਹੂਲਤ, ਰਿਹਾਇਸ਼, ਖਾਣਾ, ਉਹਦੀ ਹਰ ਚੀਜ਼ ਪੂਰੀ ਵੀ ਹੋਵੇ ਤਾਂ ਦੁੱਧ ਪੂਰਾ ਕਰੇਗਾ। ਯਾਨੀ ਕਿ ਇਨਵਾਇਰਮੈਂਟ ਦਾ ਮਾਹੌਲ ਦਿਓ, ਮੈਨੇਜਮੈਂਟ ਪੂਰੀ ਕਰੇ, ਮੈਨੇਜਮੈਂਟ ਪੂਰੀ ਕਰਨ, ਉਹਦਾ ਵਿਟਾਮਿਨ, ਮਿਨਰਲ, ਕੈਲਸ਼ੀਅਮ, ਸਾਇਲੇਜ ਵੰਡਾ। ਔਰ ਤੁਸੀਂ ਵੰਡਾ ਕਿੰਨਾ ਲਾ ਰਹੇ ਹੋ ਜਾਨਵਰ ਨੂੰ? ਮੈਂ ਜਾਨੀ ਬਾਈ ਜਿਹੜਾ ਨਾ ਗਲਤ ਗੱਲ ਨਹੀਂ ਕਰਦਾ, ਮੈਂ ਤਕਰੀਬਨ 4-5 ਕਿਲੋ ਦੇ ਰਿਹਾ, ਗਰਮੀ ਬੜੀ ਜਾਨਵਰ। ਸਿਰਫ 4-5 ਕਿਲੋ ਚਾਹੀਦਾ ਦੁੱਧ ਪੈਸੀਆਂ ਪੂਰੀ ਇਸ ਟਾਈਮ ਮੇਰੀ ਡੇਅਰੀ ਚੱਲ ਅਲਹਮਦੁਲਿਲਾ 30 ਲੀਟਰ ਤੱਕ ਜਾਨਵਰ ਮੌਜੂਦ ਹੈ, 30 ਲੀਟਰ ਮੈਂ ਚੁਆਈ ਕਰਾ ਸਕਦਾ। ਚਾਰ-5 ਚੁਆਈਆਂ ਕਰਾਓ, ਡਾਕਟਰ ਨਾਲ ਲਾਓ, ਤੁਸੀਂ ਮੁਤਮਿਨ ਹੋ ਕੇ ਤਸੱਲੀ ਕਰਕੇ ਲੈ ਜਾਓ, ਤੇ ਕੋਈ ਜ਼ਰੂਰੀ ਤਾਂ ਨਹੀਂ ਕਿ ਤੁਸੀਂ ਇਹ ਜਾਨਵਰ ਸਿਲੈਕਟ ਕਰ ਲਿਆ ਜਾਂ ਨਹੀਂ, ਇਹ ਨਹੀਂ ਸਮਝਦਾ ਦੂਸਰਾ ਉਠਾ ਲਓ। ਮਾਸ਼ਾਅੱਲਾ, ਦੁੱਧ ਜੀ ਕਿਸੇ ਕਿਸਮ ਦਾ ਵੀ ਜਾਨਵਰ ਤੁਸੀਂ ਸਿਲੈਕਟ ਕਰ ਸਕਦੇ ਹੋ, ਤੁਹਾਡੇ ਸਾਹਮਣੇ ਓਪਨ ਸਿਲੈਕਸ਼ਨ ਪਈ ਹੈ 70 ਜਾਨਵਰ ਵਿਖਾਣੇ ਨੇ। ਵੀਡੀਓ ਪੂਰੀ ਸ਼ੌਪ ਨਾਲ ਵਿਖਿਆ ਹੈ ਤੇ ਬੱਟੀ ਡੇਰੀ ਐਂਡ ਤੱਕ, ਬੱਟੀ ਡੇਰੀ ਆ 4 ਲਾਟਾਂ ਲਾਵੇ ਲੱਗਾ ਤੇ ਆਖਰ ਤੇ ਬੜੀ ਵੱਡੀ ਆਫਰ ਹੈ। ਉਹ ਤੇਰੀਆਂ, ਇਹਦਾ ਮਤਲਬ ਹੈ ਵੀਡੀਓ ਐਂਡ ਤੱਕ ਵੇਖਣ ਵਾਲੀ ਚੱਲਦਾ ਪਹਿਲ ਨੰਬਰ ਕੀ ਖੂਬਸੂਰਤ ਲਾਟ। مزید اس طرح کی ویڈیو دیکھنے کے لیے ہمارے جانی بیسٹ چینل کو سبسکرائب کریں اور بیل آئیکن کو پریس کریں تاکہ مزید اس طرح کی ویڈیو کی نوٹیفیکیشن آپ کو ٹائم پر ملتی رہے۔ بسم اللہ الرحمن الرحیم، دوستو جی پہلا جانور تے پہلی لاٹ تہاڈے سامنے، جویں کہ بٹی ڈیری نے اج اعلان کر دتا ہے کہ اج تہاڈے واسطے ویڈیو اینڈ تک ویکھن والے براواں لئی پیکج موجود رہے۔ اج بچیاں ہیفرا فرسٹ ٹائمر تے سیکنڈ ٹائمر فرسٹ لاٹ لا رہے ہاں، فن فیس کوالٹی اس لیے وکھائی دی ہے تاکہ جانور ادوں بھی ویکھو۔ ਪੂਰਾ ਫਾਰਮ ਅਲਹਮਦੁਲਿਲਾ ਮਾਸ਼ਾਅੱਲਾ ਭਰੇ ਹੋਇਆ ਹੈ ਔਰ ਇੱਥੇ ਓਪਨ ਸਿਲੈਕਸ਼ਨ ਮਿਲਦੀ ਹੈ। ਐਂਜ ਐਂਜ ਦੇ ਹੀਰੇ ਅੱਜ ਤੁਹਾਨੂੰ ਵਿਖਾਉਣੇ ਨੇ ਕਿ ਦਿਲ ਖੁਸ਼ ਹੋ ਜਾਏਗਾ। ਓਪਨ ਸਿਲੈਕਸ਼ਨ ਮਿਲਦੀ ਹੈ ਉਹਦਾ ਕੀ ਫਾਇਦਾ, ਤੁਹਾਨੂੰ ਜਿਵੇਂ ਦੀ ਮਰਜ਼ੀ ਆ ਕੇ ਚੁਗੋ, ਤਸੱਲੀ ਕਰੋ, ਥਣ ਪਾਸ ਕਰੋ, ਮਿਲਕਿੰਗ ਕਰਵਾਓ, ਚੁਆਈਆਂ ਕਰਵਾਓ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 4-4 ਚੁਆਈਆਂ ਕਰਾਉਣ ਦੇ ਬਾਵਜੂਦ ਆਪਣਾ ਜਾਨਵਰ ਯੈਸ ਕਰਾਓ, ਡਾਕਟਰ ਨਾਲ ਲੈ ਕੇ ਆਓ, ਤਸੱਲੀ ਨਾਲ ਪਾਸ ਆਊਟ ਕਰੋ ਤੇ ਲੈ ਕੇ ਜਾਓ। ਬਲੋਚ ਸਾਹਿਬ ਦੇ ਆਖਣ ਤੋਂ ਬਗੈਰ ਹੀ ਮੈਂ ਤੁਹਾਨੂੰ ਜ਼ਰਾ ਕਿ ਇਹਨਾਂ ਦਾ ਲਿਬਾਸ ਆਰਡਰ ਜ਼ਰੂਰ ਵਿਖਾਉਣਾ ਹੈ। ਰੀਜ਼ਨ ਕੀ ਹੁੰਦਾ ਕਿ ਜਾਨਵਰ ਵਿਖਾਉਣੇ ਸਾਡਾ ਹੱਕ ਬਣਦਾ, ਜਿਹੜਾ ਸਾਡਾ ਕੰਮ ਹੈ ਅਸੀਂ ਉਹ ਕੰਮ ਕਰਨਾ ਹੈ। ਐਵੇਂ ਕੋਈ ਫਸਟ ਟਾਈਮਰ ਬੈਠ ਜਾ ਰਹੀ ਹੈ
ਇਹ ਚੈੱਕ ਕਰੋ ਜੀ ਅਡਰ ਦੀਆਂ ਕਲਾਸ ਕੁਆਲਿਟੀਆਂ ਤੁਹਾਡੇ ਸਾਹਮਣੇ ਤਿੱਲੜ ਤੇ ਨਹੀਂ ਵੈਣ ਨਹੀਂ ਐ ਲਈ ਨਹੀਂ ਤਿੱਲੜ ਨਹੀਂ ਚਾਰੇ ਚੱਲਦੇ ਚਾਰੇ ਚੱਲਦੇ ਨੇ ਦੋਤੋ ਜੀ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਅਡਰ ਵੇਖਦੇ ਜਾਓ ਕੁਝ ਜਾਨਵਰ ਹਰ ਜਾਨਵਰ ਇੱਕ ਅਲੱਗ ਕੈਟਾਗਰੀ ਦਾ ਹੁੰਦਾ ਮੈਂ ਤੁਹਾਨੂੰ ਇਹ ਦੱਸਣਾ ਕਈ ਕੋਲ ਦੁੱਧ ਜ਼ਿਆਦਾ ਕਈਆਂ ਕੋਲ ਥੋੜ੍ਹੇ ਇਸ ਲਈ ਤੁਹਾਡਾ ਹੱਕ ਬਣਦਾ ਕਿ ਆ ਕੇ ਅਡਰ ਵੇਖਣੇ ਤਸੱਲੀ ਕਰਨੀ ਇਹ ਜਾਨਵਰ ਹੁਣ ਵੇਖ ਲਓ ਤੁਹਾਡੇ ਸਾਹਮਣੇ ਹੈ ਯੰਗ ਬਲੱਡ ਖਲੋਤੇ ਉਹਨੂੰ ਕੱਦ ਅਗਰ ਚ ਬਲੋਚ ਸਾਹਿਬ ਨਾਲ ਖਲੋਵਾਂ ਤਾਂ ਤੁਹਾਨੂੰ ਸਮਝ ਆਉਣੀ ਕਿ ਕਿੱਡਾ ਕਿਹੜਾ ਕੱਦ ਦੇ ਪੈਣਾ ਇਹ ਹੁਣ ਤੱਕ ਅੰਦਾਜ਼ਾ ਚੈੱਕ ਕਰੋ 10.85 ਟੈਗ ਹੈ ਤੇ ਵੈਟ ਦੀ ਹਾਈਟ ਵੇਟ ਵੇਖੋ ਮਾਸ਼ਾ ਬਲੋਚ ਸਾਹਿਬ ਇਸ ਟਾਈਮ ਕਿੰਨਾ ਮਿਲ ਕੇ ਦੇਖੋ ਇਸ ਟਾਈਮ ਇਹਦੇ ਕੋਲ ਦੁੱਧ ਦੀ ਚੁਆਈ ਕਰਾ ਕੇ ਦੋਵਾਂ ਟਾਈਮਾਂ ਦੀ 30 ਲੀਟਰ ਦੀ ਪੂਰੀ ਕਰਾਉਣਗੇ ਬਲੋਚ ਸਾਹਿਬ ਗੱਲ ਨਹੀਂ ਕਰਦੇ ਇਨਸ਼ਾਅੱਲਾ ਪੂਰੀ ਕਰਕੇ ਦੱਸਣਗੇ ਲਿਬਾਸ ਚੈੱਕ ਕਰ ਲਓ ਜੀ ਮਾਸ਼ਾ ਕਿਉਂਕਿ ਮਸ਼ੀਨ ਦੀਆਂ ਚੁਆਈਆਂ ਦਾ ਤੁਹਾਡੇ ਵਾਸਤੇ ਇਹ ਫਾਇਦਾ ਹੁੰਦਾ ਕਿ ਬੇਸ਼ੱਕ ਆ ਕੇ ਜੇ ਤਸੱਲੀ ਨਾਲ ਚੁਆਈ ਕਰਕੇ ਓਕੇ ਕਰ ਸਕਦੇ ਹੋ ਵਾਈਟ ਇਹ ਜਿਹੜੇ ਜਾਨਵਰ ਹਰ ਦਿਲ ਅਜ਼ੀਜ਼ ਹੁੰਦੇ ਨੇ ਹਰ ਬਰਾ ਦਾ ਦਿਲ ਕਰਦਾ ਯਾਰ ਸਾਡੇ ਕੋਲ ਚੰਗੀਆਂ ਆ ਜਾਵਣ ਦੋ ਦੀ ਜਾ ਤੇ ਇੱਕ ਆਵੇ ਵੈੜ ਚੰਗੀ ਆ ਬਲੋਚ ਸਾਹਿਬ ਆ ਕੇ ਇਹਦੇ ਵੀ ਬੜੇ ਬੜੇ ਮਾਸ਼ਾਅੱਲਾ ਜੀ ਜਾਨਵਰ ਦੇਖੋ ਇਹ ਆਫਰ ਹੈ ਦੇਖ ਲਓ ਮੈਂ ਪਛਾਣ ਲਈ ਹੈ ਬਲੋਚ ਪਹਿਲੀ ਲਾਟ ਹੈ ਫਸਟ ਸੈਕਿੰਡ ਸੈਕਿੰਡ ਜਾਨਵਰ ਜਾਨੀ ਭਾਈ 18 ਮਿਕਸ ਇਹ ਲੈ ਆਓ 8 ਨਹੀਂ ਹੀਫਰਾ 10 ਇਨ ਸੈਕਿੰਡ ਟਾਈਮਰ 10 ਸੈਕਿੰਡ ਟਾਈਮਰ ਦੀਆਂ 8 ਫਸਟ ਟਾਈਮਰ ਦੀਆਂ ਹੀਫਰਾ ਕੋਲ ਦੁੱਧ ਦੇ 20 ਤੋਂ ਲੈ ਕੇ 25 ਲੀਟਰ ਤੱਕ ਹੀਫਰਾ ਕੋਲ ਜੀ ਆ ਠੀਕ ਹੈ ਦੋ ਟਾਈਮ ਦੀ ਚੁਆਈਏ ਇਸ ਲਾਟ ਦੇ ਵਿੱਚ ਕੋਈ ਤਿੱਲੜ ਕੋਈ ਨਹੀਂ ਜ਼ਿੰਦਾਬਾਦ ਤੇ ਸਾਰੇ ਜਿਹੜੇ ਜਾਨਵਰ ਹਨ ਫਰੈਸ਼ ਹਨ ਬਿਲਕੁਲ ਸਾਰੇ ਫਰੈਸ਼ ਨੇ ਕੋਈ ਤਿੱਲੜ ਨਹੀਂ ਤਿੱਲੜ ਹੀ ਕੋਈ ਨਹੀਂ ਪੁਰਾਣਾ ਵੀ ਕੋਈ ਨਹੀਂ ਸੂਬੇ ਵਾਲਾ ਜਾਨਵਰ ਹਾਏ ਹਾਏ ਬਿਲਕੁਲ ਫਰੈਸ਼ ਜਾਨਵਰ ਤੁਸੀਂ ਪੁਰਾਣਾ ਸੂਇਆ ਨਹੀਂ ਫਰੈਸ਼ ਯਾਨੀ ਕਿ 20 ਦਿਨ 25 ਦਿਨ ਦੇ ਜੀ ਮਹੀਨੇ ਤੋਂ ਥੱਲੇ ਮਹੀਨੇ ਤੋਂ ਥੱਲੇ ਥੱਲੇ ਬਾਕੀ ਜਿਹੜੇ 10 ਜਾਨਵਰ ਹਨ ਉਹਨਾਂ ਸੈਕਿੰਡ ਟਾਈਮ ਉਹਨਾਂ ਕੋਲ ਦੁੱਧ ਤੇ 25 ਤੋਂ ਲੈ ਕੇ 30 ਲੀਟਰ ਤੱਕ ਤੇਰੀ ਜੀ ਸੈਕਿੰਡ ਟਾਈਮਰਾਂ ਕੋਲ ਜੀ ਆ ਇਹਦਾ ਮਤਲਬ ਇਹ ਗੱਲਾਂ ਅੱਜ ਪੂਰੀਆਂ ਹੋਣੀਆਂ ਗੱਲਾਂ ਪੂਰੀਆਂ ਤੇ ਰੇਟ ਵੀ ਆ ਜਾਏਗੇ ਦੇਵਣੇ ਆਏ ਫਾਈਨਲ ਜਾਂ ਰੇਟ ਦੇਈ ਦੋ ਰੇਟ ਦੇਵਣੇ ਫਸਟ ਸੈਕਿੰਡ ਹੀ ਫਰਕ ਤਾਂ ਹੈ ਅੱਛਾ ਫਰਕ ਪਾ ਕੇ ਰੇਟ ਜਿਹੜੀਆਂ ਫਸਟ ਟਾਈਮਰਾਂ ਨਾ ਮੇਰੇ ਵਿਰਾਹ ਕਿਸੇ ਨੂੰ ਪਸੰਦ ਆਵਦੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਇਥੋਂ ਲੈ ਜਾਵੇ 5,33,000 ਦਾ ਪੁੱਠਾ ਓਪਨ ਸਲੈਕਟ ਫੀ ਜਾਨਵਰ 5-3 ਜੀ ਆ ਡਨ ਹੋ ਗਿਆ ਸੈਕਿੰਡ ਤੇ ਆ ਗਿਆ 5,75,000 ਦਾ ਪੁੱਠਾ ਤੇ ਓਪਨ ਸਲੈਕਸ਼ਨ 30 ਲੀਟਰ ਦੀ ਚੁਆਈ 5-3 ਤੇ 5-75 5-75 ਜੀ ਸੈਕਿੰਡ ਦਾ 75 ਜੀ ਆ ਫਸਟ ਦਾ 30 25 ਕਰੀਏ 25 ਕਰ ਦਿਓ 5-25 ਕਰ ਦਿਓ ਜੀ ਦੋਸਤੋ ਜੀ ਕਿਉਂਕਿ ਰਲਦਾ ਮਿਲਦਾ ਬਾਈ ਜਾਨ ਐਂਡ ਰਵੈਲ ਐਂਡ ਤੋਰ ਇੱਕ ਦੋਦੋ ਜੀ ਪਹਿਲੀ ਲਾਟ ਸਕਰੀਨ ਉੱਤੇ ਮੌਜੂਦ ਹੈ ਬੱਟੀ ਡੇਰੀ ਫਾਰਮ ਹੈ ਤੁਹਾਡੇ ਸਾਹਮਣੇ ਲੈ ਕੇ ਹੁੰਦੇ ਹਮੇਸ਼ਾ ਇਸ ਤਰ੍ਹਾਂ ਚੱਲਦੇ ਆ ਖੀਰੀਆਂ ਦੁੰਦੀਆਂ ਤੇ ਚੌਗੀਆਂ ਲੋਚ ਇਹ 5-75 ਜੀ ਆ ਮਾਸ਼ਾਅੱਲਾ ਇਹ ਦੇਖੋ ਜੀ ਇਹਦਾ ਹੀ 5-75 ਤੁਹਾਡੇ ਸਾਹਮਣੇ ਆਫਰ ਹੈ ਜੀ ਪੂਰੀ ਆਫਰ ਦਾ 5-5 ਹੀ ਲਵਾ ਲਈ ਮੇਰੇ ਕੋਲ ਬੱਚੀ ਵੇ 5.5 ਜੀ ਆ ਦੋਦੋ ਜੀ 5-5 ਵਾਲੇ ਜਾਨਵਰ ਵੀ ਮਾਰੇ ਨਹੀਂ ਸਿਰਫ ਫਸਟ ਤੇ ਸੈਕਿੰਡ ਦਾ ਡਿਫਰੈਂਸ ਆ ਗਿਆ ਜਿਹੜਾ ਤਾਂ ਅਸੀਂ ਪਹਿਲਣ ਲੈਣੀ ਹੈ ਤੇ ਲੈਣੀ ਹੈ ਉਹਦਾ ਵਾਸਤੇ ਜਿਹੜੀ 5-5 ਜਿਹੜੀ ਸੈਕਿੰਡ ਟਾਈਮਰ ਸਿਲੈਕਟ ਕਰਨਗੇ ਉਹਨਾਂ ਵਾਸਤੇ 5-75 ਤੇ ਅੱਜ ਬੱਟੀ ਵਾਕਈ ਇਹ ਲਓ ਜੀ 5,25,000 ਵਾਲੀ ਵੈਰ ਇਹ 5,25,000 ਜਾਰੀ ਤੁਹਾਨੂੰ ਆਪੇ ਨਜ਼ਰ ਆ ਜਾਣਾ ਕਿ ਫਸਟ ਟਾਈਮਰ ਕਿਹੜੀ ਹੈ ਸੈਕਿੰਡ ਟਾਈਮਰ ਕਿਹੜੀ ਹੈ ਇਹ ਸੈਕਿੰਡ ਟਾਈਮਰ ਜਾਨਵਰ ਹੈ ਤੇ 5,75,000 ਦਾ ਸਦਾਦੀ ਕੋਲ 30 ਲੀਟਰ ਦੁੱਧ ਦੇ ਮੌਕੇ ਦੀ ਚੁਆਈ ਕਰਾ ਕੇ ਬਲੋਚ ਦੇਗਾ 30 ਲੀਟਰ ਦੀ ਕੋਈ ਬਰਾਣਾ ਚਾਹੇ ਜੀ ਤਸੱਲੀਆਂ ਕਰ ਸਕਦੇ ਤੇ ਆ ਕੇ ਲਾਡ ਨੰਬਰ ਸੀ 1 ਮੈਨੂੰ ਉਮੀਦ ਹੈ ਬੱਟੀ ਡੇਰੀ ਦੀਆਂ ਲਾਟਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਲੇਕਿਨ ਬਲੋਚ ਦਾ ਬਰਗੇ ਨਹੀਂ ਗੱਲ ਕਰਨੀ ਹੈ ਰੇਟ ਹੀ ਨੋ ਬਰਗੇ ਨਹੀਂ ਨੋ ਬਰਗੇ ਨਹੀਂ ਮੈਨੂੰ ਪਹਿਲੇ ਪਤਾ ਲੱਗ ਗਿਆ ਸੀ ਰੇਟ 'ਚ ਬਰਗੇ ਨਹੀਂ ਕੋਈ ਰੇਟ ਹੈ ਫੁੱਲ ਐਂਡ ਫਾਈਨਲ ਚਲਦਾ ਜੀ ਲਾਟ ਨੰਬਰ 2 ਕੀ ਦੋਤੋ ਜੀ ਲਾਟ ਨੰਬਰ 2 ਪਹਿਲੀ ਇਹ ਮਿਲਕਿੰਗ ਫਰੈਸ਼ ਫਸਟ ਤੇ ਸੈਕਿੰਡ ਇਹ ਜਿਹੜੀ ਇਹ ਮਿਲਕਿੰਗ ਪਲੱਸ ਪ੍ਰੈਗਨੈਂਟ ਤੁਹਾਨੂੰ ਦੱਸਾਂ ਜਿਹੜੇ ਬਰਾਤ ਦੇ ਨਾ ਖਾਗਰ ਬਾਖੜੀ ਲੈਣੀ ਹੈ ਤੇ ਗੱਬਣ ਅੱਗੋਂ ਲੈਣੀ ਹੈ ਤਸੱਲੀ ਨਾਲ ਡਾਕਟਰ ਪਾਸ ਹੋਏਗੀ ਡਾਕਟਰ ਨਾਲ ਲਿਆਵਣ ਕਿੰਨੇ ਘੱਟੋ ਘੱਟ ਮਹੀਨੇ
ਕਿੰਨੇ ਤੋਂ ਬਾਅਦ ਭਾਈ ਜਦੋਂ ਆਵਾਜ਼ ਦੀ ਵਿੰਦੀ ਹੈ ਨਾ ਵੀਡੀਓ ਹੀ ਦੱਸਿੰਦਾ ਮੈਂ ਮਿਲਕਿੰਗ ਪਲੱਸ ਪ੍ਰੈਗਨੈਂਟ ਹਾਏ ਉੱਥੇ ਗੱਲਾਂ ਨਾਲ ਨਹੀਂ ਉੱਥੇ ਪੱਕੀ ਗੱਲ ਹੋ ਜਾਂਦੀ ਕਿੰਨੇ ਜਾਨਵਰ ਨੇ 3 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਪ੍ਰੈਗਨੈਂਟ ਹੈ ਨੇ ਕਿੰਨੇ ਇਹ ਜਾਨਵਰ ਨੇ 15 ਜੀ 3 ਮਹੀਨੇ ਤੋਂ 6 ਮਹੀਨੇ ਦੀ ਪ੍ਰੈਗਨੈਂਟ ਜੀ ਦੁੱਧ ਕਿੰਨੇ ਤੋਂ ਕਿੰਨਾ ਦੁੱਧ 12 ਲੀਟਰ ਤੋਂ ਲੈ ਕੇ 22 ਲੀਟਰ 12 ਲੀਟਰ ਤੋਂ 22 ਲੀਟਰ ਜੀ ਆ ਜਿਹੜੀ 6 ਮਹੀਨੇ ਵਾਲੀ ਉਹਦੇ ਕੋਲ 12 ਤੇ ਜਿਹੜੀ 3 ਮਹੀਨੇ ਵਾਲੀ ਉਹਦੇ ਕੋਲ ਜਾ ਰਹੀ ਪਹੁੰਚਣ ਵਾਲੀ ਅਗੋ ਇਹਨਾਂ ਜਾਨਵਰਾਂ ਨੂੰ ਵੰਡਾ ਕਿੰਨਾ ਦੇਣਾ ਚਾਹੀਦਾ ਖੁਰਾਕ ਕਿੰਨੀ ਦੇਣੀ ਚਾਹੀਦੀ ਹੈ ਇਹਨਾਂ ਮੈਂ ਤਾਂ ਮੈਕਸਿਮਮ 3 ਤੋਂ 4 ਕਿਲੋ ਦੇ ਰਿਹਾ 3 ਤੋਂ 4 ਕਿਲੋ ਵੰਡਾ ਨਾਲ ਸਾਇਲੇਜ ਸਾਇਲੇਜ ਖੁੱਲਾ ਪਾਣੇ ਅਸੀਂ ਕੋਈ ਨਹੀਂ ਜਮਾ ਸਾਇਲੇਜ ਦਾ ਕੋਈ ਇਸ਼ੂ ਨਹੀਂ ਜੀ ਵੰਡੇ ਦੇ ਉੱਤੇ ਆ ਗੱਲ ਮੁੱਕ ਜਿਓ 3 4 ਕਿਲੋ ਫਰੈਸ਼ ਦੇ ਲੋ 5 ਤੋਂ 6 ਕਿਲੋ ਇਸ ਗਰਮੀ ਦੇ ਵਿੱਚ ਵੈਸੇ ਜਿਹੜਾ ਡੇਰੀ ਦਾ ਰੂਲ ਹੈ ਨਾ ਤੋਂ ਇੱਕ 3 ਲੀਟਰ ਤੇ 1 ਕਿਲੋ ਹੈ 3 ਲੀਟਰ ਨਾਲ 1 ਕਿਲੋ ਦਿਓ ਜੀ ਲੇਕਿਨ ਅਸੀਂ ਉਹ ਪੂਰਾ ਨਹੀਂ ਦੇ ਰਹੇ ਰੀਜ਼ਨ ਕੀ ਹੈ ਗਰਮੀ ਹੈ ਗਰਮੀ ਸਰਦੀ ਦੇ ਵਿੱਚ ਚੱਲਣ ਤੇ ਫਿਰ ਹੋਰ ਜਿਹੜੇ ਜਾਨਵਰ ਵਿਖਾਇਆ ਨਾ ਮੈਂ ਬਿਰਾਵਾਂ ਨੂੰ ਫਸਟ ਲਾਟ 30 ਲੀਟਰ ਦੀ ਅਗਰ ਸਰਦੀ ਆਉਂਦੀ ਇਨਸ਼ਾਅੱਲਾ 40 ਨੂੰ ਜਾ ਹੱਥ ਪੈਂਦੀ 40 ਨੂੰ ਹੱਥ ਜਿਹੜੇ 3 ਕਾਰਨ 40 ਕਰਦੇ ਜੀ ਆ ਵਧੀਆ ਗਾਈਆਂ ਨਾਲ ਅੱਲਾ ਪਾਕ ਇਹਨਾਂ ਦੀ ਹਯਾਤੀ ਕਰੇ ਇਹ ਗਾਈਆਂ ਬਿਮਾਰੀਆਂ ਨਹੀਂ ਇਹ ਵੀ ਵਿਖਾ ਪਿੱਛੂਨਾਂ ਦੇ ਹਵਾਨੇ ਗੱਲ ਗੱਲ ਪਿਆਰ ਦੀ ਕਰੀ ਇਸ ਲਾਟ ਦੇ ਉੱਤੇ ਦੋਦੋ ਜੀ ਇਹ ਲਾਟ ਦੀ ਖੁਰਾਕ ਔਰ ਇਹਨਾਂ ਦੀ ਮੇਨਟੇਨ ਕਰਨਾ ਹੋਰ ਈਜ਼ੀ ਹੈ ਚੂਕੇ ਗੱਭਣਾ ਨੇ ਤੁਹਾਡਾ ਫਾਇਦਾ ਹੈ ਕਿ ਅਗਲੇ ਸੂਏ ਵਾਸਤੇ ਤਿਆਰ ਕਰ ਸਕਦੇ ਹੋ ਇਸ ਟਾਈਮ ਵੀ ਦੁੱਧ ਇਹਨਾਂ ਕੋਲ ਮਾਸ਼ਾਅੱਲਾ ਇਹਦੇ ਵੇਖੋ ਮਾੜੀਆਂ ਵੀ ਕੋਈ ਜਿੰਨਾ ਕੋਲ 12 ਲੀਟਰ ਤੋਂ 20 ਲੀਟਰ ਤੱਕ ਦੁੱਧ ਦੇ 20 ਤੋਂ 22 ਲੀਟਰ ਦੁੱਧ ਜੀ 20 ਲੀਟਰ ਮਿਲਕਿੰਗ ਦੇ ਨਾਲ ਅਗਰ ਕੋਈ ਜਾਨਵਰ ਪਰਚੇਜ਼ ਕਰਨਾ ਚਾਹੇ ਤੇ ਮੌਕੇ ਤੇ ਆ ਸਕਦਾ ਸਾਇਲੇਜ ਖੁੱਲਾ 24 ਘੰਟੇ ਸਾਇਲੇਜ ਦਾ ਕੋਈ ਇਹ ਨਹੀਂ ਆ ਕਿ ਤੁਸੀਂ ਜਾਨਵਰ ਨੂੰ ਸਾਇਲੇਜ ਘੱਟ ਪਾਓ ਨਹੀਂ ਖੁਰਾਕ ਨੂੰ ਪੂਰੀ ਕਰਨ ਦਿਓ ਵੰਡਾ ਮਿਨਰਲਸ ਵਿਟਾਮਿਨ ਮਿਕਸਚਰ ਇਹ ਜਿਤਨਾ ਵੀ ਤੁਹਾਡੇ ਇਹ ਚੀਜ਼ਾਂ ਆਉਂਦੀਆਂ ਨੇ ਨਾ ਉਹਨਾਂ ਦੇ ਉੱਤੇ ਤੁਸੀਂ ਆ ਕੇ ਵੰਡੇ ਦੇ ਉੱਤੇ ਹੱਥ ਰੱਖ ਕੇ ਆਪਣਾ ਵੇਖਣਾ ਗੱਭਣ ਨੂੰ ਜ਼ਿਆਦਾ ਵੰਡਾ ਲਾਉਂਦੇ ਰਵੀਓ ਦਾ ਕੀ ਇਸ਼ੂ ਹੈ ਕੋਈ ਇਸ਼ੂ ਹੈ ਤਾਂ ਨਹੀਂ ਕੋਸ਼ਿਸ਼ ਹੋ ਵੀ ਜਲਦੀ ਡਰਾਈ ਹੋਵੇ ਦੁੱਧ ਉਹਦਾ ਘੱਟੇ ਹਾਂ ਇਹ ਇੱਕ ਪੁਆਇੰਟ ਅੱਛਾ ਬਹੁਤ ਸਹੀ ਕਰੇ ਬੱਚਾ ਸਹੀ ਦੇਵੇ ਜੀ ਦੁੱਧ ਚੰਗਾ ਜਿੰਨਾ ਜਲਦੀ ਡਰਾਈ ਕਰੋਗੇ ਅਗਲੇ ਸੂਏ ਵਾਸਤੇ ਤੁਹਾਨੂੰ ਦੁੱਧ ਜ਼ਿਆਦਾ ਆਏਗਾ ਮੈਂ ਵੇਖ ਜੀ ਹਿਗਾਤੀ ਕਰੇ ਅੱਲਾ ਪਾਕ ਕਿੰਨੇ ਮਹੀਨੇ ਦੀ ਗੱਭਣ 3 ਦੀ 3 ਮਹੀਨੇ ਦੀ ਗੱਭਣ ਹੈ ਤੇ ਦੁੱਧ 3 ਲੀਟਰ ਇਸ ਮੂੰਹ ਚ 24 ਇਹਦਾ ਮਤਲਬ ਪੁੱਠੇ ਦਾ ਰੇਟ ਤੇ ਕੀ ਲੱਗਣਾ ਹੈ ਸਦਰ ਵੇਖ ਐਵੀ ਬੈਡ ਨਹੀਂ ਰੇਟ ਹੱਕੀ ਦੇਣਾ ਰੇਟ ਮੈਂ ਕਦੀ ਨਹੀਂ ਕਿਹਾ ਕਿ ਮੇਰਾ ਚੰਗਾ ਜਾਨਵਰ ਸੇਲ ਹੋ ਗਿਆ ਜਿਹਦਾ ਰੇਟ ਜ਼ਿਆਦਾ ਕੰਮ ਨਹੀਂ ਕਦੀ ਕੀਤਾ ਮਾਸ਼ਾਅੱਲਾ ਜਿਹੜਾ ਬਰਾਇਤ ਮੌਕੇ ਤੇ ਉਹਨਾਂ ਨੂੰ ਪੂਰੀ ਇੱਕੋ ਹੀ ਰੇਟ ਦੇਵਣਾ ਫੀ ਪੁੱਠਾ ਕਿੰਨੇ ਦਾ ਸਾਡੇ 5 ਲੱਖ ਦਾ ਪੁੱਠਾ ਓਪਨ ਸਿਲੈਕਸ਼ਨ ਆਪਣਾ ਡਾਕਟਰ ਨਾਲ ਲਾ ਲਓ ਚੁਆਈ ਕਰੋ ਤਸੱਲੀ ਕਰਕੇ ਲੈ ਜਾਓ ਸਾਡੇ 5 ਦਾ ਜਾਇਜ਼ ਕਰਨਾ ਯਾਰ ਜ਼ਿਆਦਾ ਰੇਟ ਫਾਈਨਲ ਕਰੀ ਰੇਟ ਜਾਇਜ਼ ਹੈ ਲੇਕਿਨ ਫਾਈਨਲ ਕਰੀ ਅੱਜ ਮੈਂ ਤਾਂ ਜਿਹੜਾ ਹੀ ਲਾਇਆ ਅੱਜ ਮੇਰਾ ਦਿਲ ਇਹਨਾਂ ਦਿਲ ਕਰਦਾ ਪਿਆ ਕਿ ਅੱਜ ਹਾਂ ਨਾ ਦੂਤੇ ਗੱਲ ਹੋਈ ਜਾ ਚਲੋ 5,30,000 5,30,000 ਓਪਨ ਸਿਲੈਕਸ਼ਨ 3 ਮਹੀਨੇ ਤੋਂ 6 ਮਹੀਨੇ ਦੀ ਇਹ ਵੈਡ ਵੀ ਵਿੱਚ ਸ਼ਾਮਿਲ ਹੈ 3 ਮਹੀਨੇ ਦੀ ਗੱਭਣ 20 ਲੀਟਰ ਦੁੱਧ ਦੇ ਨਾਲ ਕਿਸੇ ਭਰਾ ਦੋਸਤ ਨੂੰ ਐਂ ਦੇ ਜਾਨਵਰ ਚਾਹੀਦੇ ਨੇ ਇੱਕ ਵਾਰੀ ਬੱਟੀ ਡੇਟ ਦਾ ਵਿਜ਼ਨ ਕਰੋ ਲੋਕੇਸ਼ਨ ਜੇ ਸਰਗੋਦਾ ਸ਼ਹਿਰ ਤੋਂ ਫੈਸਲਾਬਾਦ ਰੋਡ ਦੇ ਉੱਤੇ ਤਕਰੀਬਨ 3 ਕਿਲੋਮੀਟਰ ਚੱਲਣ ਦੇ ਉੱਤੇ 103 ਚੱਕ ਜਨੂਬੀ ਬੱਟੀ ਡੇਰੀ ਕਿਸੇ ਕੋਲੋਂ ਵੀ ਪੁੱਛੋਗੇ ਇਸ 103 ਚੱਕ ਪਿੰਡ ਦੇ ਵਿੱਚ ਇੱਕੋ ਹੀ ਮਾਸ਼ਾਅੱਲਾ ਜੇ ਵੱਡਾ ਫਾਰਮ ਹੈ ਜਿਹਨੂੰ ਕਹਿੰਦੇ ਨੇ ਬੱਟੀ ਡੇਰੀ ਫਾਰਮ ਤੇ ਮੌਕੇ ਤੇ ਆ ਕੇ ਚੈੱਕਆਊਟ ਕਰੋ ਲਾਟ ਨੰਬਰ 2 ਚੱਲਦਾ ਅਗਲੀ ਲਾਟ ਕੀਤਾ ਦੋਸਤੋ ਜੀ ਅਗਲੀ ਲਾਟ ਆ ਗਈ ਹੈ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਮਾਸ਼ਾਅੱਲਾ ਜੀ ਬੱਟੀ ਡੇਰੀ ਫਾਰਮ ਦੇ ਉੱਤੇ ਪ੍ਰੈਗਨੈਂਟ ਡਰਾਈ ਪ੍ਰੈਗਨੈਂਟ ਜਾਨਵਰ ਜਿਹਨਾਂ ਨੂੰ ਆਖਦੇ ਕਲੋਜ਼ ਅਪ ਇੱਥੇ ਆ ਕੇ ਭਰਾ ਥੋੜਾ ਪਰੇਸ਼ਾਨ ਹੁੰਦੇ ਨੇ ਕਿ ਪ੍ਰੈਗਨੈਂਟ ਡਰਾਈ ਪ੍ਰੈਗਨੈਂਟ ਕਲੋਜ਼ ਅਪ 'ਚ ਕੀ ਫਰਕ ਹੈ ਜਿਹੜੀਆਂ ਗਾਵਾਂ ਗੱਭਣਾ ਲਾਸਟ ਮੰਚ ਟੋਰ ਜਾਂਦੀਆਂ ਨੇ ਉਹਨਾਂ ਨੂੰ ਕਲੋਜ਼ ਅਪ 'ਚ ਗੱਲ ਦੇਈ ਨੇ ਜੀ ਆ ਡਰਾਈ ਤੋਂ 7ਵੇਂ ਮਹੀਨੇ ਤੋਂ ਹੋ ਹੀ ਜਾਂਦੀਆਂ 8ਵੇਂ ਮਹੀਨੇ 'ਚ ਹੋ ਗਈਆਂ ਜਿਹੜੀਆਂ 9ਵੇਂ ਮਹੀਨੇ 'ਚ ਲੱਗ ਗਈਆਂ ਉਹ ਸਮਝੋ ਲਾਸਟ ਦੇ ਉੱਤੇ ਪਹੁੰਚ ਗਏ ਨੇ ਉਹਨਾਂ ਨੂੰ ਆਉਂਦੇ ਨੇ ਕਲੋਜ਼ ਅਪ ਇੱਕ ਵਾਰੀ ਹੀ ਫਰਾਂ ਵੇਖ ਰਹੇ ਹੋ ਤੁਸੀਂ ਇੱਕ ਵਾਰੀ ਜਾਨਵਰਾਂ ਦਾ ਮਿਆਰ ਵੇਖਣਾ ਹੈ ਖਾਣ ਪੀਣ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਕਿ ਜਾਨਵਰ ਚੁਸਤ ਤੰਦਰੁਸਤ ਹੀ ਖਾਂਦਾ ਹੈ ਕੀ ਆਖਦੇ ਹੋ ਬਿਮਾਰ ਜਾਨਵਰ ਕਦੀ ਅੰਜ ਦਿਲ ਲਾ ਕੇ ਲੜ ਜਗੜ ਕੇ ਖਾਂਦੇ ਪੀਂਦੇ ਤੁਸੀਂ ਨਹੀਂ ਵੇਖੇ ਹੋਣੇ ਕਿਉਂਕਿ ਉਹ ਆਪਣੇ ਅੰਦਰ ਤੋਂ ਹੀ ਨਹੀਂ ਠੀਕ ਹੁੰਦੇ ਉਹਨਾਂ ਨੇ ਕੀ ਕਰਨਾ ਅੱਜ
ਮੇਰੇ ਖਿਆਲ 'ਚ ਤਕਰੀਬਨ 10-15 ਜਾਨਵਰ ਹੈ, ਨਹੀਂ ਜ਼ਿਆਦਾ ਨਹੀਂ, 5-10-18 ਜਾਨਵਰ ਨੇ ਦੋਸਤੋ। ਇਹਦੇ 'ਚ ਕੋਈ ਫਸਟ ਹੈ? ਦੋ ਫਸਟ ਨੇ, ਬਾਕੀ ਸਾਰੇ ਸੈਕਿੰਡ ਨੇ। ਤਿਆਰੀ ਕਰ ਰਹੇ? ਹਾਂ ਹਾਂ ਹਾਂ, ਬਲੋਚ ਆਦਾ, ਇੰਜ ਨਹੀਂ ਗੱਲ ਬਣਨੀ, ਗੱਲ ਬਣਨੀ ਹੈ ਜਦੋਂ ਜਾਨਵਰ ਅਸੀਂ ਪੂਰਾ ਵੇਖਣਾ ਹੈ ਅਤੇ ਬਰਾਵਾਂ ਨੂੰ ਸ਼ੋਕ ਕਰਾਉਣਾ। ਵੇਖਦੇ ਜਾਓ ਜੀ, ਬਲੋਚ ਲਾਸਟ ਮੰਥ ਸਟਾਰਟ ਹੈ ਜੀ, ਲਾਏ ਪੈਣਾ ਸਟਾਰਟ ਹੋਈਆਂ ਅੱਜ ਤੱਕ। ਜਿਹਨੂੰ ਆਖੀ ਦੇਣਾ ਕਿ ਪੂਰਾ ਜਾ ਕੇ ਤਿਆਰ ਨਹੀਂ ਹੁੰਦਾ, ਹਾਂ ਉੱਥੇ ਤੱਕ ਨਹੀਂ ਪਹੁੰਚੀਆਂ ਜੀ। ਬਾਈ ਰੇਟ ਨਹੀਂ ਉਹ ਨਹੀਂ ਦੇਣਾ, ਬਾਕੀ ਇਹ ਹੈ ਕਿ ਜਾਨਵਰ ਜਿਵੇਂ ਤੂੰ ਗੱਲ ਕੀਤੀ ਹੈ ਕਿ ਸਾਡੇ ਜਾਨਵਰ ਜਿਹੜੇ ਨਾ ਅੱਜ ਦਾ ਰੇਟ ਜਾਇਜ਼ ਹੋਏਗਾ, ਉਹ ਕੰਮ ਕਰੇ ਭਾਈ ਜੀ। ਤਿਆਰ ਅਗਰ ਜਾਨਵਰ 18 ਜਾਨਵਰ ਜਨਾ, ਡੇਢ ਦੋ ਮਹੀਨੇ ਅਗਰ ਲੈਂਦੇ ਤਾਂ ਰੇਟ ਉਸ ਹਿਸਾਬ ਨਾਲ ਦੇ। ਅੱਛਾ, ਡੇਢ ਦੋ ਮਹੀਨੇ ਵੀ ਲੈਂਦੇ ਜੀ? ਹਾਂ। ਘੱਟੋ ਘੱਟ ਕਿੰਨੇ ਮਹੀਨੇ ਦੀ? ਜ਼ਿਆਦਾ ਜ਼ਿਆਦਾ ਡੇਢ ਮਹੀਨਾ। 8.5-7 ਪਲੱਸ ਹੋ ਗਏ, 7.5 ਤੋਂ ਪਲੱਸ ਨੇ ਜੀ। ਤੇ ਕਲੋਜ਼ ਅਪ ਵਾਲੇ ਦੇ ਵਿੱਚ ਜਾਨਵਰ 8-9 ਤਾਂ ਆਪਣੇ ਹੁੰਦੇ ਜਾਨਵਰ, 9 ਤਾਂ ਵੀ ਆਪਣੇ ਹੁੰਦੇ, 7.5-9 ਮਹੀਨੇ ਦੀ ਕੰਪਨੀ ਹੈ। 4-5 ਜਾਨਵਰ ਅਸੀਂ ਡੇਢ 9 ਤੋਂ ਪਲੱਸ ਹੋ ਗਏ। ਐ ਜਿਵੇਂ ਲਾਏ ਪੈਣਾ ਸਟਾਰਟ ਹੋ ਗਿਆ, ਵੇਖੋ ਤਾਂ ਸਾਹਮਣੇ ਆ ਰਹੇ ਨੇ ਜਾਨਵਰ, ਤੋਂ ਨਜ਼ਰ ਆ ਜਾਣਗੇ ਜੀ ਮੌਕੇ ਤੇ ਹੋਗੇ। ਪਰ ਅੱਜ 7.5 ਅਲੀ ਦਾ ਰੇਟ ਵੀ ਹੋਈ ਹੈ, ਤਿਆਰ ਅਲੀ ਦਾ ਵੀ ਹੋਈ। ਫਸਟ ਸੈਕਿੰਡ ਦਾ ਰੇਟ ਇੱਕ ਕਰਨਾ, ਓਪਨ ਸਲੈਕਸ਼ਨ ਕਰਨੀ, ਇੱਕੋ ਰੇਟ ਦੇਣਾ। ਬਿਸਮਿਲ੍ਲਾ। ਜਾਨਵਰ ਜਾਨੀ ਬਾਈ ਤਿਆਰ ਹੋਵੇ 7.5-8 ਲੱਖ ਦੀ, ਜਦੋਂ ਤਿਆਰ ਹੋਵੇ। ਮੌਸਮ ਸਰਦੀ ਦਾ ਹੁੰਦਾ ਤੇ ਇਤਨੇ ਧਿਆਨ ਮੇਰੇ ਵਿਰਾਵਾਂ ਨੂੰ ਪਸੰਦ ਆਵਾਂ ਜੀ। 18 ਜਾਨਵਰਾਂ 'ਚੋਂ ਓਪਨ ਸਲੈਕਸ਼ਨ ਹੈ, ਡਾਕਟਰ ਆਪਣਾ ਨਾਲ ਲਾਵੇ, ਥਣਾਂ ਦੀ, ਪ੍ਰੈਗਨੈਂਟ ਦੀ, ਹਰ ਚੀਜ਼ ਦੀ ਗਰੰਟੀ। ਤਿੱਲੜ ਛੱਡ ਦੇਵੇ, ਲੰਗੜੀ ਛੱਡ ਦੇਵੇ, ਓਪਨ ਹੋਵੇ ਛੱਡ ਦੇਵੇ, ਅਸੀਂ ਤੂੰ ਖਰੀ ਕਰਕੇ ਬੱਟੀ ਡੇਰੀ ਤੂੰ ਲੈ ਵਜਣ। ਬੱਟੀ ਡੇਰੀ ਇਨਸ਼ਾਅੱਲਾ ਆਪਣਾ ਇੱਕ ਮਿਆਰ ਬਣਾਵੇਗਾ, ਔਰ ਮਿਆਰ ਤੇ ਆ ਗਿਆ ਮਾਸ਼ਾਅੱਲਾ, ਅਲਹਮਦੁਲਿਲਾ, ਅੱਲਾ ਨੇ ਬੜੀ ਇੱਜ਼ਤ ਦਿੱਤੀ ਹੈ। ਕਿੰਨੇ ਦੇ ਮਾਸ਼ਾਅੱਲਾ ਫੀ ਪੁੱਠਾ? 6,15,000 ਦਾ ਪੁੱਠਾ ਫਾਈਨਲ ਹੈ ਕਿ ਬੱਟੀ ਬਲੋਚ ਫਾਈਨਲ ਕਰ ਦੇ? ਚਲੋ ਜੀ, ਬੱਟੀ ਡੇਰੀ ਦੀ ਤਰਫੋਂ ਆਫਰ ਹੋ ਗਈ 6,00,000 ਦਾ ਪੁੱਠਾ, ਪੂਰੇ 6,00,000 ਦਾ ਓਪਨ ਸਲੈਕਸ਼ਨ ਦੇ ਨਾਲ। ਫਸਟ ਟਾਈਮਰ ਲੈਣੀ ਜੇ ਤਾਂ ਵੀ ਮਿਲੇਗੀ, ਸੈਕੰਡ ਟਾਈਮਰ ਲੈਣੀ ਜੇ ਤਾਂ ਵੀ ਮਿਲੇਗੀ। ਇੱਕ ਵਾਰੀ ਸਕੂਨ ਦੇ ਨਾਲ ਵੇਖਦਾ ਜੋ ਇਹਦੇ 'ਚ ਇੰਜ ਦੇ ਜਾਨਵਰ ਵੀ ਆ ਖਲੋਤੇ ਨੇ ਜਿਹੜੇ ਤਿਆਰ ਹੋਏ 7.5-8 ਲੱਖ ਦੇ ਨਾਰਮਲ ਨੇ। ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ, ਇਹ ਫਸਟ ਟਾਈਮਰ, ਉਹ ਵੀ ਫਸਟ ਟਾਈਮਰ ਮਸਲਾ, ਸੈਕੰਡ ਟਾਈਮਰ ਵਿਹੜਾ ਖਲੋਤੀਆਂ ਨੂੰ ਯੰਗ ਪੱਠੇ ਬਲੋਚਿੰਗ ਦੇ ਨਾਲ ਖਲੋ ਕੇ ਕੱਦ ਵੀ ਬਣਾ ਦੇ। ਕਈ ਬਰਾਬਰ ਹਾਈਟ ਤੇ ਮਰਦੇ ਨੇ, ਆਏ ਚੈੱਕ ਕਰ ਇਹਨੂੰ। ਕਹਿੰਦੇ ਜੇ ਬੱਟੀ ਡੇਰੀ ਫਾਰਮ 6,00,000 ਰੁਪਏ ਓਪਨ ਸਲੈਕਸ਼ਨ, ਕਿਧਰੋਂ ਹੋਰ ਨਹੀਂ ਲੱਭਣ ਲੱਗੀ, ਪੂਰੇ ਪਾਕਿਸਤਾਨ ਫੇਰ ਲਓ, ਸਿਰਫ ਔਰ ਸਿਰਫ ਬੱਟੀ ਡੇਰੀ ਆਫਰ ਲਾਉਂਦਾ। ਚੱਲ ਤੇ ਅਗਲੀ ਬਰੀਡ ਕੀ ਦੋਤੋ ਜੀ, ਜਿਵੇਂ ਕਿ ਗੱਲ ਹੋਈ ਸੀ ਇੰਟਰੋ ਵਿੱਚ, ਬਲੋਚ ਨੇ ਆਖਿਆ ਸੀ ਮੈਂ ਇੱਥੇ ਬਰਾਵਾਂ ਦੀ ਪੈਕੇਜ ਦਾ ਐਲਾਨ ਕਰਨਾ ਅੱਜ ਦੀ ਵੀਡੀਓ 'ਚ, ਔਰ ਅੱਜ ਦੀ ਵੀਡੀਓ 'ਚ ਪੈਕੇਜ ਕੀ ਲਾਇਆ? ਕੋਈ ਇੱਕ ਅੱਧਾ ਜਾਨਵਰ ਨਹੀਂ ਲਾਇਆ ਬਲੋਚ ਨੇ, ਅੱਜ ਲਾਈਆਂ ਨੇ ਖਾਂਗਣਾ, ਬਾਖੜੀਆਂ, ਤੋਕਣਾ, ਬਲੋਚ ਤਿਲੜਾ ਵੀ ਵਿੱਚੇ ਹੀ ਨੇ। ਇਹਦੇ ਇਸ ਲਾਟ ਦੇ ਵਿੱਚ ਦੋ ਜਾਨਵਰ ਤਿਲੜੇ ਨੇ, ਲੇਕਿਨ ਦੁੱਧ ਉਹਨਾਂ ਦੇ ਕੋਲ 16-17 ਲੀਟਰ ਤਿਲੜ ਹੋਣ ਦੇ ਬਾਵਜੂਦ ਵੀ 15-16 ਲੀਟਰ ਦੁੱਧ ਹੈ ਬਾਈ। ਜਿਹੜਾ ਦੁੱਧ ਮੈਂ ਦੱਸਦਾ ਨਾ ਜਾਣੀ, ਮੈਂ ਉਹ ਪੂਰਾ ਦੱਸਣਾ। ਰੀਜ਼ਨ ਕੀ ਹੈ? ਕੋਈ ਆਵੇ ਤੇ ਦਿਲ ਅਜ਼ਾਰੀ ਨਾ ਹੋਵੇ। ਹਾਂ, ਜਿਹੜਾ ਗਾਵਾਂ ਕਰਾਸ ਹੋਈਆਂ, ਸਹੀ ਹੈ, ਕੰਨ ਫਰਮ ਨਹੀਂ ਹੋਈਆਂ, ਡਾਕਟਰ ਪਾਸ ਕੋਈ ਨਹੀਂ, ਕੋਈ ਨਹੀਂ, ਠੀਕ ਹੈ, ਪੂਰੀ ਕਰਨੀ ਹੈ ਬਰਾਵਨ। ਇਹਦੇ ਵਿੱਚ ਦੋ ਤਿਲੜਾਂ ਵੀ ਹੈ, ਦੋ ਤਿਲੜਾਂ ਜੀ, ਬਾਕੀ ਕਲੀਅਰ ਇਹਨਾਂ ਨਾਲ ਸ਼ਾਦੀ ਬਣੀ ਹੋਈ ਹੈ, ਲੇਕਿਨ ਡਾਕਟਰ ਦੀਆਂ ਪਾਸ ਕੋਈ ਨਹੀਂ, ਅਸੀਂ ਖਾਲੀ ਕਰਕੇ ਦੇਣੀਆਂ। ਇਹਦੇ ਵਿੱਚ 12 ਲੀਟਰ ਵਾਲਾ ਜਾਨਵਰ ਵੀ ਖਲਾਇਆ ਤੇ 18 ਲੀਟਰ ਵਾਲਾ ਵੀ ਖਲਾਇਆ। 12-13-15-18-10 ਖਾਂਗਣਾ ਨੇ, 12 ਜਾਨਵਰ ਦੇ ਓਪਨ ਸਲੈਕਸ਼ਨ ਹੈ। ਬਲੋਚ ਕੀ ਸਮਝਾਉਣ ਵਾਲੀ ਗੱਲ ਕਰੀ? ਇਹ ਦੇਖੋ, ਉਹਨਾਂ ਨੇ ਸੂਵੇ ਵਾਲੀਆਂ ਵੀ ਨਹੀਂ ਸਾਰੀਆਂ, ਯੰਗ ਪੱਠੇ ਖਲੋਤੇ ਨੇ, ਵੇਖੋ ਯੰਗ ਫਸਟ ਟਾਈਮਰ ਸੈਕੰਡ ਟਾਈਮਰ ਵੀ ਖਲੋ ਹੋਇਆ, ਸੂਏ ਵਾਲੀ ਤੀਜੇ ਸੂਏ ਵੀ ਹੋਣੀਆਂ ਵਿੱਚ, ਇਹ ਨਹੀਂ ਆਖਦੇ ਕਿ ਐ ਨੇ, ਨਜ਼ਰ ਆਉਂਦੇ ਪੈਣ ਜਾਨਵਰ, ਤਾਂ ਜਦੋਂ ਤੁਸੀਂ ਵੀ ਖੁਦ ਹੋਣਾ ਤੁਹਾਨੂੰ ਨਜ਼ਰ ਆਸਣ। ਨੋ ਬਾਰਗੇਨਿੰਗ, ਯੰਗ ਬਲੱਡ ਵੀ ਹੈ ਜੀ, ਨੋ ਬਾਰਗੇਨਿੰਗ, ਪੁੱਠਾ ਜਾਇਜ਼ ਲਾਈ, ਓਪਨ ਸਲੈਕਸ਼ਨ, ਕਿਸੇ ਮੇਰੇ ਵਿਰਾਰ ਪਸੰਦ ਆਵੇ ਜਾਂ ਯੈਸ ਨੋ ਬਈ, 3.5 ਲੱਖ ਦਾ ਪੁੱਠਾ, 3.5 ਲੱਖ ਦਾ ਇੰਪੋਰਟਡ ਜਾਨਵਰ ਜੀ, 18-17-15 ਲੀਟਰ ਦੁੱਧ,
ਜਿਹੜੇ ਤਿੱਲੜ ਦਾ ਰੇਟ ਜਾਇਜ਼ ਹੋ ਜਾਸੀ ਉਹ ਤਾਂ ਹੁਣ ਲਾ ਦਿੱਤਾ ਲਮਜ ਨਹੀਂ ਤਿੱਲੜਾਂ ਦੂੰ ਦਾ ਦੋ ਤਿੱਲੜਾਂ ਦੀ ਗੱਲ ਹੋਈ ਹੈ ਤਿੱਲੜਾਂ ਕੋਈ ਲਵੇ ਤੋਂ ਕਿੰਨਾ ਜੇ ਲਈ ਤੇ ਆ ਗਿਆ ਪਿਆਰ ਨੂੰ ਪੱਤ ਦਿਆਂਗਾ ਉਹਨਾਂ ਇੱਥੇ ਹੁਣ ਛੱਡ ਪਤਾ ਲੱਗੇ ਯਾਰ ਛੱਡ ਦਿਆਂਗਾ ਜਾਨੀ ਕਿੰਨੇ ਕਿੰਨੇ 24 ਘੰਟੇ ਮੌਜੂਦ ਡਰਾਈ ਪ੍ਰੈਗਨੈਂਟ ਮਿਲਕਿੰਗ ਪਲੱਸ ਪ੍ਰੈਗਨੈਂਟ ਫਰੈਸ਼ ਮਿਲਕਿੰਗ ਫਸਟ ਸੈਕੰਡ ਹਰ ਤਰ੍ਹਾਂ ਦਾ ਭੱਟੀ ਡੇਰੀ ਤੇ 24 ਘੰਟੇ ਜਾਨਵਰ ਮੌਜੂਦ ਹਨ ਅਲਹਮਦੁਲਿਲਾ ਹੁਣ ਵੀ 70 ਜਾਨਵਰ ਮੌਜੂਦ ਹੈ ਮਾਸ਼ਾਅੱਲਾ ਠੀਕ ਹੈ ਜਿਸ ਬਿਰਾ ਸ਼ੌਕ ਪੂਰਾ ਕਰਨਾ ਹੈ ਸਭ ਤੋਂ ਪਹਿਲੇ ਭੱਟੀ ਡੇਰੀ ਤੇ ਤਸ਼ਰੀਫ ਲਾਇਆ ਵੇ ਇੱਕ ਵਾਰੀ ਆਵੇ ਆਵੇ ਵਿਜ਼ਿਟ ਕਰੇ ਵੇਖੇ ਬਈ ਬਲੋਚ ਸਾਹਿਬ ਵੀਡੀਓ ਵਿੱਚ ਗੱਲ ਕਰਦੇ ਨੇ ਗੱਲਾਂ ਨਾਲ ਕੰਮ ਕਰਦੇ ਨੇ ਜਾਂ ਵਾਕਿਆ ਮਾਲ ਬਲੋਚ ਕਰਕੇ ਵਿਖਾਉਂਦੇ ਨੇ ਇਸ ਦੁਆ ਦੇ ਨਾਲ ਕਿ ਲੱਪਾ ਹਰ ਬਰਾ ਨੂੰ ਤੌਫੀਕ ਦੇ ਵਿੱਚ ਚੰਗੀ ਸ਼ੈ ਰੱਖਣ ਦੀ ਦੋ ਦੀ ਜਾਤ ਇੱਕ ਰੱਖਣ ਦੀ ਜੀ ਤੇ ਅੱਲਾ ਪਾਕ ਹਰ ਕਿਸੇ ਨੂੰ ਐਂ ਦਾ ਸੋਹਣੇ ਸ਼ੈਡ ਫਾਰਮ ਦੇਵੇ ਜਿਹੜੇ ਸ਼ੌਕ ਰੱਖਦੇ ਨੇ ਬਾਕੀ ਦੁਆਵਾਂ ਯਾਦ ਰੱਖਿਓ ਖੁਸ਼ ਹੋ ਚੈਨਲ ਤੇ ਨਵੇਂ ਸਬਸਕ੍ਰਾਈਬ ਨਹੀਂ ਤਾਂ ਕਰ ਲਓ ਤੇ ਲਾਈਕ ਜ਼ਰੂਰ ਕੀਤਾ ਕਰੋ ਵੀਡੀਓ ਨਾਲ ਕੇ ਸ਼ੇਅਰ ਕੀਤਾ ਕਰੋ ਅੱਲਾ ਹਾਫਿਜ਼ ਜੀ ਪਾਕਿਸਤਾਨ ਜ਼ਿੰਦਾਬਾਦ।